ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਇੱਕ ਪਿੰਡ ਚੋਂ ਚੱਕੇ ਗਏ 10 ਨਸ਼ੇੜੀ। ਪੰਚਾਇਤ ਨੇ ਮਨਾ ਕੀਤਾ ਨਸ਼ੇੜੀਆਂ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣ ਲਈ, ਪਰ ਨਸ਼ੇੜੀਆਂ ਨੂੰ ਛੁਡਾਉਣ ਆਖਿਰ ਥਾਣੇ ਇੱਕ ਅਪਰਾਧੀ ਕਿਉਂ ਪਹੁੰਚਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਇੱਕ ਵੱਡਾ ਸਵਾਲ ਹੈ ਕਿ ਆਖਿਰ ਸਾਡੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੇ ਵਿੱਚ ਲਿਪਤ ਹੋਈ ਪਈ ਹੈ, ਜੋ ਆਏ ਦਿਨ ਅੱਡੀਆਂ ਰਗੜਦੀ ਹੈ ਨਸ਼ਾ ਛੱਡਣ ਵਾਸਤੇ, ਸਾਡੀਆਂ ਸਰਕਾਰਾਂ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭੇਜਣ ਦੀ ਬਜਾਏ ਉਹਨਾਂ ਦੀ ਹਾਲਤ ਉੱਤੇ ਹੀ ਜ਼ਿਆਦਾਤਰ ਛੱਡ ਦਿੰਦੀਆਂ ਨੇ। ਅਤੇ ਹੁਣ ਤਾਂ ਕਈ ਪਿੰਡ ਅਜਿਹੇ ਨੇ ਜਿਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਨੌਜਵਾਨ ਨਸ਼ਾ ਕਰਦਾ ਹੋਇਆ ਜਾਂ ਨਸ਼ਾ ਤਸਕਰੀ ਕਰਦਾ ਹੋਇਆ ਪੁਲਿਸ ਵੱਲੋਂ ਚੱਕਿਆ ਗਿਆ ਤਾਂ ਉਸ ਦੀ ਜ਼ਮਾਨਤ ਕਰਨ ਵਾਸਤੇ ਜਾਂ ਉਸ ਦੀ ਗਵਾਹੀ ਦੇਣ ਵਾਸਤੇ ਕੋਈ ਵੀ ਪਿੰਡ ਵਿੱਚੋਂ ਨਹੀਂ ਜਾਏਗਾ, ਇੱਥੇ ਤੱਕ ਕਿ ਉਸ ਦਾ ਪਰਿਵਾਰ ਵੀ ਨਹੀਂ ਜਾਏਗਾ। ਤੇ ਜੇਕਰ ਪਰਿਵਾਰ ਨੂੰ ਲੱਗਦਾ ਹੈ ਕਿ ਉਹ ਆਪਣੇ ਨੌਜਵਾਨ ਨੂੰ ਸਾਂਭ ਸਕਦੇ ਨੇ, ਉਸ ਦਾ ਨਸ਼ਾ ਛੁਡਵਾ ਸਕਦੇ ਨੇ, ਤਾਂ ਉਹ ਪਰਿਵਾਰ ਆਪ ਜਾ ਕੇ ਆਪਣੇ ਨੌਜਵਾਨ ਬੱਚੇ ਨੂੰ ਉੱਥੋਂ ਛੁਡਵਾ ਸਕਦਾ ਹੈ, ਨਸ਼ਾ ਛੁਡਾਓ ਕੇਂਦਰ ਭੇਜ ਸਕਦਾ ਹੈ। ਪਰ ਕੁਝ ਅਜਿਹੀਆਂ ਸੰਸਥਾਵਾਂ ਵੀ ਹੈ ਨੇ ਜੋ ਅਜਿਹੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਆਪ ਦਵਾਈ ਦਾ ਖਰਚਾ ਚੱਕਦੀਆਂ ਨੇ, ਆਪ ਨਸ਼ਾ ਛੁਡਾਓ ਕੇਂਦਰਾਂ ਤੱਕ ਲੈ ਕੇ ਜਾਂਦੀਆਂ ਨੇ। ਹਾਲ ਹੀ ਦੇ ਵਿੱਚ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਦੇ ਪੇਸ਼ ਤੋਂ ਇੱਕ ਲਾਈਵ ਹੋਇਆ, ਜਿਸ ਦੇ ਵਿੱਚ ਉਹਨਾਂ ਨੇ ਜਗਰਾਓਂ ਦੇ ਨੇੜੇ ਦੇ ਇੱਕ ਪਿੰਡ ਦਾ ਹਾਲ ਵਿਖਾਇਆ, ਜਿੱਥੋਂ 10 ਦੇ ਕਰੀਬ ਨੌਜਵਾਨ ਪੁਲਿਸ ਵੱਲੋਂ ਚੱਕੇ ਗਏ ਸੀ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਪਿੰਡ ਵਾਲਿਆਂ ਨੂੰ ਇਤਲਾਹ ਕੀਤੀ ਗਈ ਕਿ ਆ ਕੇ ਇਹਨਾਂ ਨੌਜਵਾਨਾਂ ਨੂੰ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਛੁਡਾ ਕੇ ਲਿਜਾਇਆ ਜਾਵੇ, ਪਰ ਅਚਾਨਕ ਉੱਥੇ ਇੱਕ ਹੋਰ ਮੁਲਜ਼ਮ ਪਹੁੰਚਿਆ ਜੋ ਇਹਨਾਂ ਨੌਜਵਾਨਾਂ ਨੂੰ ਛੁਡਵਾਉਣਾ ਚਾਹੁੰਦਾ ਸੀ। ਆਖਿਰ ਕੀ ਇਹ ਸਾਰਾ ਮਾਮਲਾ, ਆਓ ਸੁਣਦੇ ਹਾਂ ਇਸ ਲਾਈਵ 'ਚ। ਤੁਸੀਂ ਆਪਾਂ ਲਾਈਵ ਗੱਲ ਕਰਨ ਲੱਗੇ ਆ ਮੁੱਦੇ ਤੇ ਨਸ਼ਿਆਂ ਦੇ, ਜਿਹੜਾ ਚਿੱਟੇ ਦਾ ਨਸ਼ਾ ਵਾ, ਚਿੱਟੇ ਦਾ ਮੁੱਦਾ ਸੀ ਸਾਡੀ ਲੋਕ ਲਹਿਰ ਪੰਜਾਬ ਜਿਹੜੀ ਟੀਮ ਬਣੀ ਆ ਉਹਦੇ ਵੱਲੋਂ ਚੱਕਿਆ ਗਿਆ ਸੀਗਾ ਹਫ਼ਤਾ ਪਹਿਲਾਂ। ਪਹਿਲੀ ਲਿਸਟ ਸਾਡੀ ਜਿਹੜੀ ਚਿੱਟਿਆਂ ਵਾਲਿਆਂ ਦੀ ਆ ਆਸੇ ਪਾਸੇ ਦੇ, ਉਹਨਾਂ ਦੀ ਲਿਸਟ ਇੱਕ ਦਿੱਤੀ ਗਈ ਸੀਗੀ ਅਸੀਂ ਥਾਣਾ ਸਦਰ ਜਗਰਾਓਂ ਨੂੰ। ਉਹਦੇ ਉੱਤੇ ਕੱਲ੍ਹ ਐਸ ਐਚ ਓ ਸਦਰ ਥਾਣਾ ਨੇ ਕਾਰਵਾਈ ਪਿੰਡ ਮਰਸੀਆ ਭਾਈਕੇ ਵਿਖੇ ਉਹ ਜਿਹੜੇ ਮੁੰਡੇ ਚੱਕੇ ਸੀਗੇ, ਸੋ ਉਹ ਜਿੰਨੇ ਮੁੰਡੇ ਚੱਕੇ 10 ਜਣੇ ਚੱਕੇ ਸੀਗੇ, ਉਹਨਾਂ ਨੂੰ ਸਵੇਰੇ ਤੜਕੇ 6:30 ਵਜੇ ਤਕਰੀਬਨ ਚੱਕ ਲਿਆ ਸੀਗਾ। ਸੋ ਉਹ ਸਾਰੇ ਹੀ ਉਹਨਾਂ ਦੇ ਵਿੱਚੋਂ ਕੋਈ ਲਾਉਂਦਾ ਕੋਈ ਪੀਂਦਾ, ਸੋ ਉਹਨਾਂ ਨੂੰ ਜੀ ਸਵੇਰਿਓਂ ਚੱਕ ਲਿਆ ਸੀਗਾ, ਸ਼ਾਮ ਤੱਕ ਰੱਖਿਆ ਗਿਆ। ਪਰ ਪੰਚਾਇਤ ਵੱਲੋਂ ਪਹਿਲਾਂ ਅਸੀਂ ਲਿਖ ਕੇ ਦਿੱਤਾ ਹੋਇਆ ਕਿ ਪੰਚਾਇਤ ਵੱਲੋਂ ਜੇ ਕੋਈ ਸਾਡੇ ਪਿੰਡੋਂ ਚਿੱਟੇ ਵਾਲਾ ਚੱਕਿਆ ਜਾਂਦਾ ਤਾਂ ਪੰਚਾਇਤ ਵੱਲੋਂ ਉਹ 'ਤੇ ਕੋਈ ਕਾਰਵਾਈ ਜਾਂ ਉਹਨੂੰ ਛੁਡਾ ਲਿਆਇਆ ਜਾਊਗਾ ਅਤੇ ਨਾ ਹੀ ਉਹਦੇ ਖਿਲਾਫ਼ ਦੇ ਵਿੱਚ ਉਹਦੇ ਪੱਖ ਦੇ ਵਿੱਚ ਕੋਈ ਗਵਾਹੀ ਪੇਸ਼ ਹੋਊਗੀ ਕੀਤੀ ਜਾਊਗੀ। ਸੋ ਪੰਚਾਇਤ ਵੱਲੋਂ ਪਹਿਲੇ ਮਨਾ ਕੀਤਾ ਹੋਇਆ ਜੀ, ਐਸ ਐਸ ਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੋਈ ਆ, ਉਹਨਾਂ ਨੂੰ ਕੋਈ ਪਰਸਨ ਛੁਡਾਉਣ ਨਹੀਂ ਗਿਆ। ਥਰਡ ਪਰਸਨ ਉਹਨਾਂ ਨੂੰ 12:00 ਛੁਡਾਉਣ ਗਿਆ ਪਰਮਿੰਦਰ ਸਿੰਘ, ਜਿਹੜਾ ਕਿ ਆਪ ਕ੍ਰਿਮੀਨਲ ਆ, ਜਿਹਦੇ ਉੱਤੇ ਮਿੱਟੀ ਚੋਰੀ ਦਾ ਪਰਚਾ ਵਾ, ਹੋਰ ਵੀ ਕਈ ਪਰਚੇ ਚੱਲਦੇ ਆ। ਜਗਰਾਓਂ ਪੁਲਿਸ ਪ੍ਰਸ਼ਾਸਨ ਚੰਗੀ ਤਰ੍ਹਾਂ ਉਹ ਬੰਦੇ ਨੂੰ ਜਾਣਦਾ ਵਾ, ਅਤੇ ਉਹ ਪਰਸ ਬੰਦੇ ਨੂੰ 2 ਦੀ ਸਜ਼ਾ ਵੀ ਹੋਈ ਹੋਈ ਆ ਮਿੱਟੀ ਚੋਰੀ ਦੇ ਵਿੱਚ। ਉਹ ਬੰਦਾ ਛੁਡਾਉਣ ਚਲਿਆ ਗਿਆ, ਉਸ ਤੋਂ ਬਾਅਦ 4:45 ਨੂੰ ਐਸ ਐਚ ਓ ਸਾਹਿਬ ਦੇ ਲੀਡਰ ਦੀ ਕਾਲ ਆਉਂਦੀ ਆ ਥਾਣਾ ਸਦਰ ਜਗਰਾਓਂ 'ਚੋਂ, ਗੈਰੀ ਕਿੱਥੋਂ? ਮੈਂ ਕਿਹਾ ਬਾਈ ਜੀ ਮੈਂ ਬਾਹਰ ਹਾਂ। ਉਹ ਕਹਿੰਦਾ ਵੀ ਪੰਚਾਇਤ ਲਿਆ ਕੇ ਲਿਆਓ, ਪੰਚਾਇਤ ਨਾਲ ਡਿਸਕਸ ਕਰਨਾ। ਮੈਂ ਕਿਹਾ ਜੀ ਪੰਚਾਇਤ ਕੋਲ ਟਾਈਮ ਹੈ ਨਹੀਂ, ਮੇਰੇ ਕੋਲ ਵੀ ਟਾਈਮ ਹੈ ਨਹੀਂ। ਬਾਅਦ 'ਚ ਉਹਨਾਂ ਨੇ ਐਸ ਐਚ ਓ ਸਾਹਿਬ ਨਾਲ ਮੇਰੀ ਗੱਲ ਕਰਾਈ, ਦੁਬਾਰਾ ਕਾਲ ਲਾ ਕੇ ਐਸ ਐਚ ਓ ਸਾਹਿਬ ਕਹਿੰਦੇ ਗੈਰੀ ਇੱਥੇ ਪਹੁੰਚੋ, ਪੰਚਾਇਤ ਨਾਲ ਗੱਲਬਾਤ ਕਰਨੀ ਆ, ਜਿਹੜੇ 10 ਬੰਦੇ ਉਹਨਾਂ ਦਾ ਕੀ ਕਰਨਾ। ਸੋ ਮੈਂ ਜੀ ਉਹਨਾਂ ਨੂੰ ਇਹ ਗੱਲ ਕਹੀ, ਬਾਈ ਜੀ ਪੰਚਾਇਤ ਨੇ ਇੱਥੇ ਦਖਲਅੰਦਾਜ਼ੀ ਨਹੀਂ ਕਰਨੀ। ਪਰ ਫਿਰ ਵੀ ਉਹ ਕਹਿੰਦੇ ਇੱਕ ਵਾਰੀ ਆਓ ਤਾਂ ਸਹੀ। ਚਲੋ ਜੀ ਅਸੀਂ ਪੰਚਾਇਤ ਨਾਲ, ਮੈਂ ਪਿੰਡ ਆਇਆ ਬਾਹਰ ਸੀਗਾ, ਪਿੰਡ ਆ ਕੇ ਕੱਲ੍ਹ 19 ਸੀ ਨਾ, 19 ਦੀ ਗੱਲ ਆ ਜੀ ਇਹ 8ਵੇਂ ਮਹੀਨੇ ਦੀ। ਪਿੰਡ ਆ ਕੇ ਮੈਂ ਪੰਚਾਇਤ ਨਾਲ ਰਹਿ ਕੀਤੀ, ਪੰਚਾਇਤ ਵਾਲੇ ਪਹਿਲਾਂ ਤਾਂ ਐਗਰੀ ਨਹੀਂ ਸੀਗੇ ਵੀ ਆਪਾਂ ਨਸ਼ੇ ਵਾਲਿਆਂ ਦੇ ਨੂੰ ਛੁਡਾਉਣ ਜਾਣਾ ਹੀ ਨਹੀਂ ਗਾ, ਉਹਨਾਂ ਦੇ ਘਰ ਦੇ ਜਾਣ, ਉਹਨਾਂ ਦੇ ਪੇਰੈਂਟਸ ਜਾਣ, ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹ ਲੈ ਆਉਣ, ਉਹਨੂੰ ਦਵਾਈ ਬੂਟੀ ਦਵਾਉਣ। ਪਰ ਚਲੋ ਜੀ ਕਾਫ਼ੀ ਡਿਸਕਸ ਤੋਂ ਬਾਅਦ ਸਾਨੂੰ ਜਾਣਾ ਪੈ ਗਿਆ ਸੀ, ਪੰਚਾਇਤ ਲੈ ਕੇ ਉੱਥੇ ਪਹੁੰਚੇ।
ਪਰਮਿੰਦਰ ਸਿੰਘ ਜਿਹੜਾ ਥਰਡ ਪਰਸਨ ਉਹ ਪਹਿਲਾਂ ਹੀ ਉੱਥੇ ਹਾਜ਼ਰ ਸੀਗਾ ਜਦੋਂ ਪੰਚਾਇਤ ਲੈ ਕੇ ਉੱਥੇ ਪਹੁੰਚੇ ਜੀ ਇਸ ਕਿੱਥੇ ਤਾਂ ਐਸ ਐਚ ਓ ਸਾਹਿਬ ਦੇ ਲੀਡਰ ਸਾਹਿਬ ਇਹ ਗੱਲ ਕਹਿ ਰਹੇ ਕਿ ਪੰਚਾਇਤ ਨਾਲ ਰਾਇ ਕਰਨੀ ਆ ਵੀ ਕਿਹੜੇ ਬੰਦੇ ਛੱਡਣੇ ਚਾਹੀਦੇ ਆ ਕਿਹੜੇ ਦਾ ਇਲਾਜ ਕਰਾਉਣਾ ਚਾਹੀਦਾ ਆਪਾਂ ਕਿਉਂਕਿ ਐਸ ਐਚ ਓ ਸਾਹਿਬ ਨੂੰ ਪਹਿਲਾਂ ਹੀ ਅਸੀਂ ਆਪਣੀ ਟੀਮ ਵੱਲੋਂ ਵੀ ਇਹ ਗੱਲ ਕਹਿ ਚੁੱਕੇ ਸੀ ਪੰਚਾਇਤ ਵੱਲੋਂ ਕਿ ਅਸੀਂ ਜਿਹੜੇ ਛੱਡਣਾ ਚਾਹੁੰਦੇ ਉਹਨਾਂ ਦਾ ਇਲਾਜ ਅਸੀਂ ਆਪਦੇ ਪੱਲਿਓਂ ਕਰਾਵਾਂਗੇ ਚਾਹੇ ਸਾਨੂੰ ਕਿਤੋਂ ਵੀ ਕਰਵਾਉਣਾ ਪਵੇ ਪਰ ਜਦੋਂ ਜੀ ਐਸ ਐਚ ਓ ਉੱਥੇ ਚਲੇ ਗਏ ਨਾ ਤਾਂ ਪੰਚਾਇਤ ਨੂੰ ਕਿਸੇ ਨੇ ਚੱਜ ਨਾਲ ਐਸ ਐਚ ਓ ਸਾਹਿਬ ਤਾਂ ਉੱਥੇ ਹੈ ਨਹੀਂ ਸੀ ਨਾ ਤਾਂ ਕਿਸੇ ਨੇ ਸਾਨੂੰ ਚੰਗੀ ਤਰ੍ਹਾਂ ਡੀਲ ਕੀਤਾ ਪਹਿਲਾਂ ਵੀ ਸਾਡੇ ਨਾਲ ਇੱਦਾਂ ਹੀ ਹੁੰਦਾ ਆਇਆ ਵਾ ਮਨਸੀਆਂ ਭਾਈ ਕੇ ਦੀ ਪੰਚਾਇਤ ਨਾਲ ਨਾ ਤਾਂ ਕਿਸੇ ਨੇ ਡੀਲ ਕੀਤਾ ਐਸ ਐਚ ਓ ਸਾਹਿਬ ਦੇ ਲੀਡਰ ਸੀਗੇ ਉੱਥੇ ਸੁਖਦੇਵ ਸਿੰਘ ਨੇ ਸਾਨੂੰ ਡੀਲ ਕੀਤਾ ਓਲਸੋ ਸਾਡੇ ਪਿੰਡ ਵਾਲੇ ਜਿਹੜੇ ਫੜੇ ਹੋਏ ਸੀ 10 ਜਾਣੇ ਉਹਨਾਂ ਨੂੰ ਖੜੇ ਸੀਗੇ ਸਾਡੇ ਮੈਂਬਰ ਸਾਹਿਬ ਆ ਇੱਕ ਉਹਨਾਂ ਨੇ ਜਾ ਕੇ ਇਹ ਗੱਲ ਕਹੀ ਕਿ ਜਿਹੜੇ ਛੱਡਣਾ ਚਾਹੁੰਦੇ ਆ ਚਿੱਟਾ ਭਾਈ ਹੱਥ ਖੜੇ ਕਰੋ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਹੱਥ ਖੜਾ ਕੀਤਾ ਬਾਕੀ ਕਿਸੇ ਨੇ ਹੱਥ ਨਹੀਂ ਖੜਾ ਕੀਤਾ ਮੈਂ ਇਹ ਗੱਲ ਕਹਿਣ ਲੱਗ ਗਿਆ ਕਿ ਅਸੀਂ ਇਲਾਜ ਆਪਣੇ ਪੱਲੋਂ ਕਰਾਵਾਂਗੇ ਜਿਹੜੇ ਛੱਡਣਾ ਚਾਹੁੰਦੇ ਆ ਜਦ ਨੂੰ ਪਰਮਿੰਦਰ ਸਿੰਘ ਵਿਚਾਲੇ ਆ ਗਿਆ ਵਿਚਾਲੇ ਆ ਕੇ ਬੋਲਣ ਲੱਗ ਗਿਆ ਕਿ ਮੇਰੀ ਜ਼ਿੰਮੇਵਾਰੀ ਅਤੇ ਮੇਰੀ ਰੈਫਰੈਂਸ 'ਤੇ ਛੱਡਿਆ ਜਾਣ ਇਹ ਇਨ ਕਿ ਉੱਥੇ ਉਹ ਬੰਦੇ ਨੇ ਜਦੋਂ ਵਿੱਚ ਆ ਗਿਆ ਤਾਂ ਅਸੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਿਹਾ ਕਿ ਇਹ ਬੰਦਾ ਥਰਡ ਪਰਸਨ ਆ ਨਾ ਕੋਈ ਮੈਂਬਰ ਆ ਨਾ ਪੰਚਾਇਤ ਆ ਕੁਛ ਵੀ ਨਹੀਂ ਜੀ ਉਹ ਪਿੰਡ ਦਾ ਠੀਕ ਆ ਕਿਉਂਕਿ ਬੰਦੇ 'ਤੇ ਖੁਦ ਚੋਰੀ ਦੇ ਪਰਚੇ ਹੋਏ ਹੋਏ ਆ ਕ੍ਰਿਮੀਨਲ ਬੰਦਾ ਵਾ ਵੀ ਉਹਦੀ ਰੈਫਰੈਂਸ 'ਤੇ ਤਾਂ ਬਿਲਕੁਲ ਵੀ ਨਹੀਂ ਛੱਡੇ ਜਾਣੇ ਚਾਹੀਦੇ ਸੀਗੇ ਉਹ ਬੰਦੇ ਜਿਹੜੇ ਚਿੱਟੇ ਵਾਲੇ ਸੀ ਜ਼ਿਆਦਾ ਪੰਚਾਇਤ ਦੀ ਦੇਖਣ ਦਾ ਜੀ ਪੰਚਾਇਤ ਉਹਨਾਂ ਨੂੰ ਟੀਮ ਬਣਾਉਂਦੇ ਪੰਚਾਇਤ ਨੂੰ ਉੱਥੇ ਬਿਠਾਉਂਦੇ ਪੰਚਾਇਤ ਦੱਸਦੀ ਉਹਨਾਂ ਨੂੰ ਕਿਹੜਾ ਬੰਦਾ ਅਸੀਂ ਇਲਾਜ ਕਰਾਵਾਂਗੇ ਜਾਂ ਉਹਨਾਂ ਦੇ ਪੇਰੈਂਟਸ ਨੂੰ ਉੱਥੇ ਸੱਦੇ ਉਹਨਾਂ ਦੀ ਪੇਰੈਂਟਸ ਦੀ ਜਿੰਨੇ ਉਹਦੇ ਮਾਪੇ ਆ ਉਹਨਾਂ ਜ਼ਿੰਮੇਵਾਰੀ 'ਤੇ ਲੈ ਕੇ ਜਾਂਦੇ ਜਾਂ ਉੱਥੇ ਪੰਚਾਇਤ ਤੋਂ ਪੁੱਛਦੇ ਪੰਚਾਇਤ ਉਹਨਾਂ ਦਾ ਇਲਾਜ ਕਰਾਉਂਦੀ ਪੁਲਿਸ ਪ੍ਰਸ਼ਾਸਨ ਨਾਲ ਮਿਲਦੀ ਪਰ ਉਹ ਬੰਦਾ ਉੱਥੇ ਮੂਹਰੇ ਖੜਾ ਰਿਹਾ ਕੇ ਵੀ ਮੈਂ ਤਾਂ ਇਹਨਾਂ ਨੂੰ ਛਡਵਾਉਣਾ ਛਡਵਾਉਣਾ ਵਾ ਕਿਉਂਕਿ ਉਹ ਬੰਦੇ ਦੀ ਹੈਬਿਟ ਬਣ ਚੁੱਕੀ ਹੈ ਸਾਡੇ ਪਿੰਡੋਂ ਕੋਈ ਬੂਟੇ ਪੱਟਣ ਵਾਲਾ ਹੋਵੇ ਜਾਂ ਕੋਈ ਚੋਰੀ ਵਾਲਾ ਹੋਵੇ ਪੰਚਾਇਤ 'ਚੋਂ ਕੋਈ ਨਹੀਂ ਜਾਂਦਾ ਉਹੀ ਬੰਦਾ ਉਹਨਾਂ ਨੂੰ ਛਡਾਉਂਦਾ ਵਾ ਚਲੋ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਪ੍ਰਸ਼ਾਸਨ ਨਾਲ ਉੱਥੇ ਖੜ੍ਹੇ ਪਰ ਉਹ ਬੰਦੇ ਨੇ ਫਿਰ 7 ਜਣਿਆਂ ਦੀ ਜ਼ਿੰਮੇਵਾਰੀ ਚੱਕ ਲਈ ਕਿ 7 ਜਣਿਆਂ ਨੂੰ ਮੈਂ ਲੈ ਕੇ ਜਾਣਾ 3 ਜਣੇ ਉਹ ਬੰਦੇ ਨੇ ਜ਼ਿੰਮੇਵਾਰੀ ਨਹੀਂ ਚੱਕੀ ਕਿ ਉਹ ਵੀ 3 ਉਹਦੇ ਬੰਦੇ ਸੀਗੇ ਖਾਸ ਚਲੋ ਜੀ ਉਦੋਂ ਬਾਅਦ ਜਦੋਂ ਇਹ 3 ਬੰਦਿਆਂ ਨੂੰ ਛਡਾ ਗਿਆ ਉਹਨੇ ਕਹਿਤਾ ਕਿ ਇਹ ਬੰਦਿਆਂ ਨੂੰ ਅਸੀਂ ਲੈ ਕੇ ਨਹੀਂ ਜਾਣਾ ਦੂਜੇ ਬੰਦਿਆਂ ਦੀ ਜ਼ਿੰਮੇਵਾਰੀ ਚੱਕ ਲਈ 7 ਨੇ ਉਹ ਕਹਿੰਦਾ ਇਹਨਾਂ ਦੇ ਵਿੱਚੋਂ ਅਤੇ ਆਹ ਖੜੇ ਆ ਠੀਕ ਆ ਅੱਧੇ ਉਹ ਬੰਦੇ ਦੇ ਕੋਲੇ ਆ ਚਲੋ ਇਹ ਅੱਜ ਸਵੇਰ ਦੇ ਮੇਰੇ ਕੋਲ ਆਏ ਹੋਏ ਆ ਵੀ ਬਾਈ ਜੀ ਅਸੀਂ ਨਸ਼ਾ ਛਡਾਉਣਾ ਵਾ ਜਿੱਦਾਂ ਕਿ ਆਹ ਬੰਦਾ ਕੱਲ੍ਹ ਮੈਂ ਭਰਤੀ ਕਰਵਾਇਆ ਸੀਗਾ ਕੱਲ੍ਹ ਇਹਨੂੰ ਦਵਾਈ ਦਵਾਈ ਆ ਜਗਰਾਮ ਸਿਵਲ ਹੋਸਪਿਟਲ 'ਚੋਂ ਕੱਲ੍ਹ ਦਾ ਕੋਈ ਟੀਕਾ ਤਾਂ ਨਹੀਂ ਲਾਇਆ ਬਾਈ ਨਹੀਂ ਲਾਇਆ ਨਾ ਗੋਲੀਆਂ 'ਤੇ ਆਇਆ ਬੰਦਾ ਕੱਲ੍ਹ ਦਾ ਡਾਕਟਰ ਸਾਹਿਬ ਨੇ ਅਸੀਂ ਸੋਮਵਾਰ ਨੂੰ ਇਹਨੂੰ ਐਡਮਿਟ ਕਰਾਉਣਾ ਕਿਉਂਕਿ ਉੱਥੇ ਬੈੱਡ ਨਹੀਂ ਵਿਹਲੇ ਸੀਗੇ ਸੋ ਜੀ ਉੱਥੇ ਜਦੋਂ ਗੱਲਬਾਤ ਹੋਣ ਲੱਗ ਗਈ 7 ਬੰਦਿਆਂ ਨੂੰ ਉਹ ਬੰਦਾ ਆਪਦੀ ਰੈਫਰੈਂਸ 'ਤੇ ਲੈ ਗਿਆ ਨਾ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਮੌਜੂਦਾ ਪੰਚਾਇਤ ਤੁਹਾਡੇ ਕੋਲ ਖੜੀ ਆ ਉਹਨਾਂ ਦੀ ਤੁਹਾਨੂੰ ਪੁੱਛਗਿੱਛ ਕਰਨੀ ਚਾਹੀਦੀ ਆ ਸਾਨੂੰ ਪੁੱਛੋ ਕਿਹੜਾ ਬੰਦਾ ਵਾ ਅਸੀਂ ਉਹਨੂੰ ਆਪ ਦਵਾਈ ਦਵਾਵਾਂਗੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਅਤੇ ਮਾਂ ਪਿਓ ਨੂੰ ਵੀ ਪਤਾ ਹੋਊਗਾ ਇੱਕ ਉਹਦਾ ਲਿਖਤੀ ਰਿਕਾਰਡ ਲਓ ਠੀਕ ਆ ਲਿਖਤੀ ਦੇ ਵਿੱਚ ਲਓ ਕਿ ਇਹ ਬੰਦਾ ਅੱਜ ਤੋਂ ਦਵਾਈ ਖਾਣ ਸਟਾਰਟ ਕਰਤੀਆਂ ਨੇ ਇਹ ਬੰਦਾ ਨਸ਼ਾ ਛੱਡੂਗਾ ਠੀਕ ਆ ਉਹ ਬੰਦੇ ਨੇ ਪਤਾ ਨਹੀਂ ਪੋਲੀਟੀਕਲ ਪ੍ਰੈਸ਼ਰ ਤੇ ਪਹਿਲਾਂ ਵੀ ਸਾਡੇ ਨਾਲ ਇੱਦਾਂ ਧੱਕਾ ਹੁੰਦਾ ਆਇਆ ਵਾ ਉਹ ਬੰਦਾ ਛੜਵਾ ਕੇ ਲੈ ਜਾਂਦਾ ਜਿਹੜੇ ਗਲਤ ਬੰਦੇ ਹੁੰਦੇ ਆ ਉਦੋਂ ਬਾਅਦ ਜੀ ਉਹ 7 ਜਣਿਆਂ ਨੂੰ ਲੈ ਗਿਆ 3 ਰਹਿ ਗਏ ਇਹਨਾਂ ਦੀ ਜ਼ਿੰਮੇਵਾਰੀ ਮੁੰਡਾ ਵੀਡੀਓ ਬਣਾ ਰਿਹਾ ਵਾ ਕਿ ਨਾਮ ਕੀ ਸਤਪਾਲ ਸਿੰਘ ਉਹਦੀ ਜ਼ਿੰਮੇਵਾਰੀ ਤੇ ਸਾਡੇ ਇੱਕ ਮੈਂਬਰਾਂ ਨੇ ਐਕਸ ਸਰਪੰਚ ਆ ਸਤਵਾਨ ਸਿੰਘ ਇੱਕ ਦੋ ਹੋਰ ਬੰਦੇ ਉਹਨਾਂ ਜ਼ਿੰਮੇਵਾਰੀ ਤੇ ਅਸੀਂ ਇਹ ਲੈ ਆਉਂਦੇ ਬੰਦੇ 3 ਕਿਉਂਕਿ ਜਾਂ ਤਾਂ ਉਹਨਾਂ ਇਹਨਾਂ ਸਾਰਿਆਂ ਤੇ ਕਾਰਵਾਈ ਕਰਦੇ ਜਾਂ ਫਿਰ 3 ਤੇ ਬਿਨਾਂ ਕਰਦੇ ਠੀਕ ਆ ਨਾ ਜਾਂ ਤਾਂ ਸਾਰਿਆਂ ਤੇ ਕਰਦੇ ਨਹੀਂ ਸਾਰਿਆਂ ਨੂੰ ਛੱਡ ਦਿੰਦੇ ਇਹਨਾਂ ਨੂੰ ਵੀ ਛੜਾ ਲਿਆਏ ਘਰੇ ਆ ਗਏ ਚਲੋ ਜੀ ਉਹ ਬੰਦਾ ਲਿਆਏ ਉਹ ਪਲਟੀਆਂ ਜਦੋਂ ਉਹ ਬੰਦੇ ਪਿੰਡ ਆ ਗਏ ਜਿਹੜੇ ਕ੍ਰਿਮੀਨਲ ਬੰਦੇ ਸੀਗੇ ਜਿਹੜੇ ਚਿੱਟੇ ਲਾਉਂਦੇ ਆ ਉਹ ਬੰਦੇ ਨੇ ਇਹ ਗੱਲ ਕਹੀ ਥਾਣੇ ਕਿ ਇਹ ਤਾਂ ਜਿਹੜੇ 7 ਨੂੰ ਛੜਾਉਣਾ ਇਹ ਤਾਂ ਸਿਰਫ ਦਾਰੂ ਪਿਆਲਾ ਪੀਂਦੇ ਆ ਡੋਡੇ ਖਾਂਦੇ ਆ ਮੈਂ ਉੱਥੇ ਐਸ ਐਚ ਓ ਸਾਹਿਬ ਦੇ ਲੀਡਰ ਸਾਹਿਬ ਨੂੰ ਇਹ ਗੱਲ ਕਹੀ ਕਿ ਜੀ ਮੈਂ ਪੱਲਿਓਂ ਪੈਸੇ ਦਿੰਦਾ ਇਹਨਾਂ ਦਾ ਡੋਪ ਟੈਸਟ ਕਰਾਓ ਜਿਸ ਹਿਸਾਬ ਨਾਲ ਡੋਜ ਇਹਨਾਂ ਦੀ ਆਪਾਂ ਦਵਾਈ ਦਵਾਉਂਦੇ ਹਾਂ ਪਰਮਿੰਦਰ ਸਿੰਘ ਕਹਿੰਦਾ ਜੀ ਇਹਨਾਂ ਨੇ ਤਾਂ ਨਸ਼ਾ ਖਾਂਦਾ ਨਹੀਂ ਮੈਂ ਪਰਮਿੰਦਰ ਨੂੰ ਮੂੰਹ 'ਤੇ ਕਿਹਾ ਕਿ
ਮੈਂ ਪੱਲਿਓਂ ਪੈਸੇ ਦਿੰਦਾ ਨਾ, ਡੋਪ ਟੈਸਟ ਕਰਾਉਣਾ ਚਾਹੀਦਾ ਆਪਾਂ ਨੂੰ, ਠੀਕ ਆ। ਅਤੇ ਉੱਥੇ ਜੀ ਉਹ ਸਾਰੀ ਗੱਲ ਗੋਲ ਮੋਲ ਹੋ ਗਈ, ਕੋਈ ਪ੍ਰਸ਼ਾਸਨ ਨੇ ਸਾਡੀ ਗੱਲ ਨਹੀਂ ਸੁਣੀ। ਫਿਰ ਮੈਂ ਉਹਨਾਂ ਨੂੰ ਕਿਹਾ ਜੀ ਠੀਕ ਆ, ਜਿਹੜੀ ਲਿਖਤੀ ਰੂਪ ਦੇ ਵਿੱਚ ਇਹਨਾਂ ਦੀ ਕਾਰਵਾਈ ਉਹ ਬੰਦਾ ਲੈ ਕੇ ਗਿਆ ਆਪਣੀ ਰੈਫਰੈਂਸ 'ਤੇ, ਉਹਦੀ ਸਾਨੂੰ ਕਾਪੀ ਦਿੱਤੀ ਜਾਵੇ ਪੰਚਾਇਤ ਨੂੰ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਪੰਚਾਇਤ ਦੀ ਮਨਜ਼ੂਰੀ ਤੋਂ ਬਾਹਰ ਬੰਦੇ ਗਏ ਆ। ਤਿੰਨ ਬੰਦੇ ਆਏ ਆ, ਉਹ ਪੰਚਾਇਤ ਅਸੀਂ ਸਹਿਮਤ ਆ, ਬਾਕੀ ਤਾਂ ਬਾਹਰ ਬੰਦੇ ਗਏ ਆ, ਜਿਹੜੇ ਸੱਤ ਬੰਦੇ ਛੱਡੇ ਆ। ਚਲੋ ਨਹੀਂ ਸੁਣੀ ਗਈ, ਪਿੰਡ ਆ ਗਏ ਜੀ। ਹੁਣ ਉਸ ਤੋਂ ਬਾਅਦ ਸਵੇਰੇ ਤੜਕੇ ਕੱਲ੍ਹ ਆਹ ਬੰਦੇ ਨੂੰ ਕੱਲ੍ਹ ਦੀ ਦਵਾਈ ਚੱਲਦੀ ਆ, ਗੋਲੀਆਂ ਦਵਾਈਆਂ, ਛੱਡ ਗਿਆ। ਉਦੋਂ ਬਾਅਦ ਅੱਜ ਪੰਜ ਬੰਦੇ ਜਿਹੜੇ ਪੰਜ ਤਿੰਨ ਤਾਂ ਅਸੀਂ ਲੈ ਕੇ ਆਏ ਸੀ, ਇਹਨਾਂ ਦੇ ਨਾਲ ਹੋਰ ਵੀ ਆਏ ਆ, ਤੁਸੀਂ ਆਏ ਹੋ, ਇਹ ਵੀ ਬੰਦੇ ਪਰਮਿੰਦਰ ਸਿੰਘ ਦੇ ਨਾਲ ਸੀਗੇ, ਇਹ ਵੀ ਆ ਗਏ, ਕਹਿੰਦੇ ਨਸ਼ਾ ਛੱਡਣਾ ਵਾ ਤੁਸੀਂ, ਠੀਕ ਆ। ਚਲੋ ਜੀ, ਹੁਣ ਆਪਾਂ ਜਿਹੜਾ ਲੋਕ ਲਹਿਰ ਦਾ ਸਾਡੀ ਦਾ ਮੁੱਦਾ ਵਾ ਪਹਿਲਾਂ ਕਿ ਨਸ਼ੇ ਛਡਾਉਣੇ ਆ, ਅਸੀਂ ਕਿਵੇਂ ਚਾਹੇ ਆਪਦੇ ਪੱਲਿਓਂ ਛੁਡਾਈਏ, ਚਾਹੇ ਅਵੇਅਰਨੈਸ ਕੈਂਪ ਲਾਈਏ ਪਿੰਡ ਪਿੰਡ ਜਾ ਕੇ। ਹੁਣ ਜੀ ਸਾਡਾ ਪਹਿਲਾ ਹੀ ਮੁੱਦਾ ਇਹ ਕਿ ਨਸ਼ੇ ਛਡਾਉਣੇ ਆ, ਪ੍ਰਾਈਵੇਟ ਹੋਸਪਿਟਲ 'ਚ ਸਾਨੂੰ ਐਡਮਿਟ ਕਰਾਉਣਾ ਪੈ ਗਿਆ ਤਾਂ ਅਸੀਂ ਕਰਵਾਵਾਂਗੇ, ਠੀਕ ਆ। ਸੋ ਪਰ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਬੰਦੇ ਉਹ ਬੰਦਾ ਛੁਡਵਾ ਕੇ ਲੈ ਕੇ, ਉਹਦੇ ਲਈ ਸਿੱਧਾ ਮੇਰਾ ਨਾਂ ਬੰਦੇ ਤੋਂ ਲਿਆ ਦੇ ਕਿ ਗੈਰੀ ਨੇ ਐਪਲੀਕੇਸ਼ਨ ਦਿੱਤੀ, ਗੈਰੀ ਜਾਂ ਪੰਚਾਇਤ ਨੇ ਦਿੱਤੀ ਆ, ਗੈਰੀ 'ਤੇ ਕਾਰਵਾਈ ਕੀਤੀ ਜਾਵੇ ਜਾਂ ਉਹ ਬੰਦਿਆਂ ਗੈਰੀ ਨੂੰ ਅਸੀਂ ਦੇਖਣਾ ਵਾ। ਸੋ ਮੈਂ ਜੀ ਇਹ ਧਮਕੀਆਂ ਤੋਂ ਡਰਨ ਵਾਲਾ ਨਹੀਂ ਗਾ, ਠੀਕ ਆ, ਕਿਉਂਕਿ ਮੇਰੇ ਨਾਲ ਮੇਰੀ ਟੀਮ ਖੜੀ ਆ। ਅਤੇ ਪਰ ਮੈਂ ਇੱਕ ਚੀਜ਼ ਕਹਿੰਦਾ ਕਿ ਕੱਲ੍ਹ ਨੂੰ ਕੋਈ ਗੱਲਬਾਤ ਵੀ ਹੁੰਦੀ ਆ ਮੈਨੂੰ, ਤਾਂ ਉਹ ਬੰਦੇ ਪਰਮਿੰਦਰ ਅਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋ, ਠੀਕ ਆ, ਕਿਉਂਕਿ ਮੈਂ ਬੀੜਾ ਚੁੱਕਿਆ ਜੀ ਗਰਾਊਂਡ ਦੇ ਵਿੱਚੋਂ ਕਿ ਨਸ਼ੇ ਵਾਲਿਆਂ ਨੂੰ ਆਪਾਂ ਹਟਾਉਣਾ ਵਾ। ਬਾਕੀ ਹੁਣ ਇਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ, ਇੰਟਰੋ ਕਰਾਉਂਦੇ ਹਾਂ। ਦੱਸ ਬਾਈ ਆਪਣੀ ਸਟੋਰੀ ਦੱਸ ਦੇ ਵੀ ਕੀ ਕਿੱਥੋਂ ਸ਼ੁਰੂ ਹੋਇਆ ਤੂੰ, ਕਿੱਥੋਂ ਚਿੱਟਾ ਲਾਉਣ ਲੱਗਿਆ, ਕੀ ਮਿਲਿਆ ਤੈਨੂੰ ਅੱਜ ਤੱਕ? ਮਿਲਿਆ ਤਾਂ ਤੇ ਕੁਛ ਨਹੀਂ ਗਾ, ਬਸ 6-7 ਸਾਲ ਹੋ ਗਏ ਲੰਮਦਿਆਂ ਨੂੰ, ਗਵਾਇਆ ਹੀ ਆ ਸਾਰਾ ਕੁਛ, ਕੁਛ ਨਹੀਂ ਦਿੰਦਾ, ਕੁਛ ਨਹੀਂ ਦਿੰਦਾ, ਫਿਰ ਨਸ਼ੇ 'ਚ ਬਸ ਆਪਦਾ ਹੀ ਦਿੰਦਾ, ਬਸ ਨਸ਼ਾ ਹੀ ਗਵਾਇਆ ਹੀ ਆ, ਹੁਣ ਤਾਂ ਹੀ ਅੱਜ ਤੀ ਘਟਾਈ। ਘਰਦੇ ਕਿੰਨਾ ਕੁ ਖੁਸ਼ ਆ ਤੇਰੇ ਇਹ ਕੰਮ? ਬਹੁਤ ਦੁਖੀ ਆ ਯਾਰ, ਜਮਾਂ ਯਕੀਨ ਨਹੀਂ ਕਰਦੇ। ਮੈਂ ਗਲਤ ਨਸ਼ਿਆਂ ਚ ਫਸਿਆ ਗਿਆ ਤੇ ਸਮਾਨ ਲਾਉਂਦਾ ਰਿਹਾ ਜੀ। ਮੈਂ ਪਹਿਲਾਂ ਤਾਂ ਘਰਦਿਆਂ ਦੇ ਕੁਛ ਪੈਸੇ ਸੀਗੇ ਜੀ, 2-3 ਲੱਖ ਰੁਪਇਆ ਕਾਪੀਆਂ ਤੇ ਪਹਿਲਾਂ ਜੀ ਉਹ ਖਾਧਾ ਰਲ ਕੇ, ਫਿਰ ਜੀ 4 ਮੱਝਾਂ ਵੇਚੀਆਂ ਮੈਂ, ਫਿਰ 30 ਬੱਕਰੀਆਂ ਸੀ ਜੀ ਉਹ ਲੱਗ ਖਾਧੀਆਂ, ਉਹ ਖਾ ਖੂ ਕੇ ਜੀ ਚੋਰੀ ਡਾਕੇ ਕਰਨ ਲੱਗ ਗਏ, ਚੋਰੀ ਡਾਕੇ ਕਰਨ ਲੱਗ ਗਏ ਅਤੇ ਚੱਲ ਦਿਹਾੜੀ ਤਾਂ ਆਪਾਂ 3-4 ਜਣੇ ਜਾਂਦੇ ਰਹੇ ਜੀ ਅਸੀਂ, ਅਤੇ ਉਹ ਰਲ ਮਿਲ ਕੇ ਲਾਉਣ ਲੱਗ ਗਏ। ਇਸ ਤੋਂ ਬਾਅਦ ਜੀ ਬਸ ਚੋਰੀਆਂ ਡਾਕੇ ਚੱਲ ਪਏ। ਹੁਣ ਮੇਰੇ ਵੀਰੇ ਨੇ ਕੱਲ੍ਹ ਦੀ ਦਵਾਈ ਚਾਲੂ ਕਰਾਈ ਆ, ਇਹਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ ਜੀ, ਨਸ਼ਾ ਛੱਡਣਾ ਚਾਹੁੰਦੇ ਹਾਂ ਜੀ, 5-6 ਸਾਲ ਹੋ ਗਏ ਜੀ ਲੱਗਿਆ ਨੂੰ, ਬਹੁਤ ਦੁਖੀ ਆ ਜੀ, ਘਰਦੇ ਵੀ ਬਹੁਤ ਦੁਖੀ ਆ ਜੀ, ਨਸ਼ਾ ਛੱਡਣਾ ਚਾਹੁੰਦੇ ਹਾਂ। ਕੀ ਕੀਤਾ ਹੁਣ ਤੱਕ ਇਹ ਕੰਮ ਦੇ ਵਿੱਚ? ਬਹੁਤ ਚੋਰੀਆਂ ਹੀ ਕੀਤੀਆਂ ਜੀ ਘਰੋਂ ਵੀ, ਡਰਨਾ ਕੋਈ ਗੱਲ ਨਹੀਂ, ਘਰੋਂ ਵੀ ਚੀਜ਼ਾਂ ਚੂਜ਼ਾਂ ਲੈ ਗਏ, ਚੱਕ ਕੇ ਚੋਰੀਆਂ ਕੀਤੀਆਂ। ਘਰਦੇ ਕਿੰਨੇ ਕੁ ਖੁਸ਼ ਆ? ਬਹੁਤ ਦੁਖੀ ਆ ਜੀ। ਅੰਦਰੋਂ ਨਸ਼ਾ ਛੱਡਣਾ ਚਾਹੁੰਦਾ ਕਿ ਉੱਤੋਂ? ਅੰਦਰੋਂ ਨਸ਼ਾ ਛੱਡਣਾ ਚਾਹੁੰਦੇ ਹਾਂ ਜੀ। ਪਰ ਕਿਸੇ ਨੇ ਮਦਦ ਕੀਤੀ? ਆਹ ਮੇਰਾ ਚੋਰੀਆਂ ਕਰਦੇ, ਫੱਟਾ ਮਾਰਾ ਕਰਦੇ, ਬਹੁਤ ਧੰਨਵਾਦ ਜੀ, ਗਲਤੀ ਹੋ ਗਈ, ਇਸ ਤੋਂ ਬਾਅਦ ਚੋਰੀ ਨਹੀਂ ਕਰਨਗੇ, ਬੱਤੇ ਦੇ ਵੀਰ ਦਾ ਬਹੁਤ ਧੰਨਵਾਦ ਜੀ। ਤੁਸੀਂ ਵੀ ਬੋਲ ਰਹੇ ਜੀ, ਇਹ ਸਾਡੇ ਪਿੰਡ ਦੇ ਜੀਓ ਜੀ ਆ, ਦੋ ਗੱਲਾਂ ਉੱਧਰ ਸਪੋਰਟਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਕਹਿ ਰਹੇ ਜੀ, ਧੰਨਵਾਦ ਕਰਦਾ ਕਿ ਇਹਨਾਂ ਬੱਚਿਆਂ ਨੂੰ। ਇਹ ਸਾਡੇ ਜੀਓ ਜੀ ਆ ਜੀ। ਚਲੋ ਜੀ, ਬਾਕੀ ਜਿਹੜੇ ਹੁਣ ਇੱਥੇ ਟੀਮ ਮੈਂਬਰ ਮੈਂ ਇਕੱਠੇ ਕੀਤੇ ਹੋਏ ਆ, ਜਿਹੜੇ ਚਿੱਟਾ ਛੱਡਣਾ ਚਾਹੁੰਦੇ, ਕੋਈ ਇਹਨਾਂ ਦਾ ਧੱਕਾ ਨਹੀਂ, ਆਪਦੀ ਮਰਜ਼ੀ ਨਾਲ ਛੱਡਣਾ ਚਾਹੁੰਦੇ ਆ, ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹੀ ਕਿ ਨਾ ਪੁਲਿਸ ਦੇ ਪ੍ਰਸ਼ਾਸਨ ਦੇ ਡਰ ਤੋਂ ਛੱਡਿਓ, ਨਾ ਮੇਰੇ ਕਹਿਣ ਤੋਂ ਛੱਡਿਓ, ਜੇ ਤੁਹਾਡੀ ਆਤਮਾ ਮੰਨੂ ਤਾਂ ਛੱਡਿਓ,
ਨਹੀਂ ਤੁਸੀਂ ਛੱਡਿਓ ਨਾ। ਅਤੇ ਪਰ ਇੱਕ ਚੀਜ਼ ਜੀ ਮੈਂ ਪੁਲਿਸ ਪ੍ਰਸ਼ਾਸਨ ਸਾਹਿਬ ਨੂੰ ਕਹਿੰਦਾ ਵਾਂ, SSP ਸੰਦੀਪ ਗੋਇਲ ਜਿਨ੍ਹਾਂ ਦੀ ਮੈਂ ਵੀਡੀਓ ਬਹੁਤ ਦੇਖੀ ਆ, ਬਹੁਤ ਸਤਿਕਾਰ ਕਰਦਾ ਮੈਂ ਤੁਹਾਡਾ, ਤੁਸੀਂ ਜੀ ਅਸੀਂ ਟੀਮ ਪੂਰੀ ਤੁਹਾਡੀ ਸਪੋਰਟਸ ਕਲੱਬ ਪੰਚਾਇਤ ਤੁਹਾਡੇ ਨਾਲ ਆ। ਮੈਂ ਕਹਿੰਦਾ ਜੀ ਸਾਡੇ ਘਰ ਘਰ ਪਿੰਡ ਪਿੰਡ ਹੁਣ ਤਾਂ ਚਿੱਟਾ ਵਿਕਣ ਲੱਗ ਗਿਆ, ਇੰਨਾ ਕੁ ਜ਼ਿਆਦਾ ਜਗਰਾਉਂਡ ਦੇ ਵਿੱਚ ਹੋਇਆ ਹੋਇਆ। ਤੁਸੀਂ ਸ਼ੁਰੂਆਤ, ਸਾਡਾ ਪਿੰਡ ਛੋਟਾ ਵਾ ਪਰ 2-3 ਸਾਲ ਹੀ ਹੋਇਆ ਪਿੰਡ ਦੇ ਵਿੱਚ ਮੁੰਡੇ ਬੜਿਆ ਨੂੰ ਚਿੱਟਾ ਬੜੇ ਨੂੰ, ਪਰ ਸਾਡੇ ਪਿੰਡੋਂ ਸ਼ੁਰੂਆਤ ਕਰੋ, ਸਾਡੇ ਵੱਲੋਂ ਪੂਰੀ ਤੁਹਾਡੀ ਫੁੱਲ ਸਪੋਰਟ ਹੋਊਗੀ, ਸਾਡੀ ਟੀਮ ਵੱਲੋਂ ਜਿਹੜੀ ਟੀਮ ਜਗਰਾਵਾਂ ਸਾਡੀ ਬਣੀ ਆ ਉਹਦੇ ਵੱਲੋਂ ਫੁੱਲ ਸਪੋਰਟ ਕੀਤੀ ਜਾਊਗੀ। ਸੋ ਜਿਹੜੀ ਪੁਲਿਸ ਪ੍ਰਸ਼ਾਸਨ ਜੀ ਮੁੰਡੇ ਚੱਕਦੀ ਆ, ਪਰ ਇੱਕ ਰਿਕੁਐਸਟ ਆ ਉਹਨਾਂ ਨੂੰ ਪੂਰਾ ਵੈਰੀਫਾਈ ਕੀਤਾ ਜਾਵੇ, ਜਿੱਦਾਂ ਕਿ ਸਾਨੂੰ ਪਤਾ ਲੱਗਿਆ ਕਿ ਕੱਲ੍ਹ ਇਹਨਾਂ ਦੇ ਵਿੱਚੋਂ 3-4% ਹੀ ਵੈਰੀਫਾਈ, 10 ਦੇ ਵਿੱਚੋਂ 3-4 ਵੈਰੀਫਾਈ ਕੀਤੇ ਗਏ ਆ, ਬਾਕੀ ਕਿਸੇ ਨੂੰ ਕੁਛ ਨਹੀਂ ਪੁੱਛਿਆ ਗਿਆ, ਬਸ ਉੱਦਾਂ ਹੀ ਛੱਡ ਦਿੱਤੇ ਗਏ ਆ। ਤਾਂ ਕਿ ਇਹਨਾਂ ਨੂੰ ਫਰਜ਼ ਨਹੀਂ ਬਣਦਾ ਜੀ ਪੁਲਿਸ ਪ੍ਰਸ਼ਾਸਨ ਦਾ, ਸੋਰੀ ਮੈਂ ਬੋਲਣ ਲੱਗਿਆ ਜੀ, ਪਰ ਇਹ ਗੱਲ ਬਹੁਤ ਛੋਟਾ ਵਾ, ਪਰ ਮੈਨੂੰ ਕੋਈ ਡਰ ਵੀ ਹੈ ਨਹੀਂ ਗਾ, ਸੋਚ ਬਹੁਤ ਵੱਡੀ ਆ, ਕਿਉਂਕਿ ਨਾਲ ਇੱਕ ਆਪਣੇ ਜਨੂਨ ਅੰਦਰ ਕੀ ਹੈ, ਜੇ ਮੈਂ ਇਕੱਲਾ ਇਹ ਕੰਮ ਕਰ ਸਕਦਾ ਤਾਂ ਕੱਲ੍ਹ ਨੂੰ ਮੇਰੇ ਨਾਲ ਹੋਰ ਕਿੰਨੇ ਜਾਣੇ ਮੇਰੇ ਨਾਲ ਲੱਗਣਗੇ ਕੰਮ ਨੂੰ ਵਧੀਆ, ਅਤੇ ਮੇਰੀ ਟੀਮ ਹੈਗੀ ਆ, ਹੋਰ ਵੀ ਕਈ ਪਰਸਨ ਗੁੱਡ ਪਰਸਨ ਮੇਰੇ ਨਾਲ ਜੁੜਨਗੇ, ਕਿ ਜੇ ਇਹਨਾਂ ਨੂੰ ਉਹ ਵੈਰੀਫਾਈ ਕਰਦੇ ਕਿ ਇਹਨਾਂ ਨੇ ਚਿੱਟਾ ਕਿੱਥੋਂ ਲਿਆ ਬਾਹਰ, ਕਿਹਦੇ ਕੋਲ ਇਹਨਾਂ ਨੇ ਟੀਕਾ ਲਿਆ, ਕਿ ਇਹ ਦੱਸਦੇ ਸੀਗੇ, ਇਹ ਖੁਦ ਦੱਸਣ ਨੂੰ ਤਿਆਰ ਆ ਜੀ, ਪਰ ਪੁਲਿਸ ਪ੍ਰਸ਼ਾਸਨ ਇਹ ਕਰਨ ਨੂੰ ਤਿਆਰ ਨਹੀਂ। ਪੁਲਿਸ ਪ੍ਰਸ਼ਾਸਨ ਕੀ ਕਰਦਾ ਵਾ, ਬੰਦੇ ਫੜਦਾ, ਇੱਕ ਦੋ ਦੀ ਵੈਰੀਫਾਈ ਕਰਦਾ, ਉਸ ਤੋਂ ਬਾਅਦ ਛੱਡ ਦਿੰਦਾ ਜੀ, ਠੀਕ ਆ। ਐਂਡ ਜੇ ਇਹਨਾਂ ਨੂੰ ਪੁੱਛਿਆ ਜਾਵੇ, ਤੁਹਾਨੂੰ ਪਤਾ ਨਹੀਂ ਸਾਰਿਆਂ ਨੂੰ ਕਿੱਥੋਂ ਮਿਲਦਾ, ਕਿ ਸਸਤਾ ਮਿਲਦਾ ਮਹਿੰਗਾ ਮਿਲਦਾ, ਪਤਾ ਨਾ ਸਾਰਿਆਂ ਨੂੰ, ਬੋਲ ਕੇ ਦੱਸੋ ਮਾੜਾ ਜੀ, ਪਤਾ ਨਾ। ਸੋ ਇਹੀ ਆ ਜੀ, ਇਹਨਾਂ ਤੋਂ ਪੂਰਾ ਵੈਰੀਫਾਈ ਕੀਤਾ ਜਾਵੇ, ਜਿਹੜੇ ਖਾਣ ਵਾਲੇ ਆ ਉਹਨਾਂ ਨੂੰ ਆਪਾਂ ਦਵਾਈ ਦਵਾ ਸਕੀਏ, ਪ੍ਰਸ਼ਾਸਨ ਦੇ ਨਾਲ ਰਲ ਕੇ ਸਹਿਮਤ ਹੋ ਕੇ, ਉਹ ਆਪ ਕਈ ਵਿਚਾਰੇ ਆਪ ਛੱਡਣ ਨੂੰ ਤਿਆਰ ਆ। ਪਿੰਡ ਦੀਆਂ ਪੰਚਾਇਤਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇੱਕ ਪੰਚਾਇਤ ਇਕੱਠੀ ਹੋ ਗਈ, ਸਪੋਰਟਸ ਕਲੱਬ ਇਕੱਠਾ ਹੋ ਗਿਆ ਆਪਣੇ, ਕਿਉਂਕਿ ਪਿੰਡ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵਾ ਕਿ ਕੌਣ ਖਾਣ ਵਾਲਾ, ਕੌਣ ਪੀਣ ਵਾਲਾ ਵਾ, ਉਹਨਾਂ ਦੀ ਲਿਸਟ ਤਿਆਰ ਕੀਤੀ ਜਾਵੇ ਆਪਣੇ ਪਿੰਡ ਦੇ ਵਿੱਚ, ਛੱਤ ਦੇ ਵਿੱਚ ਉਹਨਾਂ ਨੂੰ ਸੱਦਿਆ ਜਾਵੇ, ਜਿਹੜੇ ਕਿਉਂਕਿ ਕਿਸੇ ਮੈਂਬਰ ਨਾਲ ਕਿਸੇ ਮੋਹਤਵਾਰ ਬੰਦੇ ਨਾਲ ਹਰੇਕ ਨਾ ਹਰੇਕ ਦੀ ਬਣੀ ਹੁੰਦੀ ਆ, ਉਹ ਬੰਦੇ ਨੂੰ ਮੂਹਰੇ ਲਾ ਕੇ ਉਹ ਬੰਦੇ ਨੂੰ ਨਸ਼ਿਆਂ ਨੂੰ ਲਿਆਂਦਾ ਜਾਵੇ, ਜਦੋਂ ਕਿ ਜਦੋਂ ਆਪਾਂ ਉਹ ਬੰਦਿਆਂ ਨੂੰ ਮੂਹਰੇ ਲੈ ਕੇ ਆਵਾਂਗੇ ਉਹਨਾਂ ਦੇ ਨਾਂ ਆਉਣਗੇ ਕਮ ਸੇ ਕਮ, ਜੇ ਮੰਨ ਲਓ ਫਿਰ 5 ਨਾਂ ਆਉਂਦੇ ਵਿੱਚੋਂ 2 ਤਾਂ ਛੱਡਣ ਵਾਲੇ ਹੋਣਗੇ ਨਾ, ਜੇ 3 ਨਹੀਂ ਛੱਡਦੇ, ਉਹਨਾਂ ਜਿਹੜੇ 3 ਰਹਿ ਗਏ ਉਹਨਾਂ ਦੇ ਘਰਦਿਆਂ ਨੂੰ ਨਾਲ ਲਾ ਕੇ ਕਿਤੇ ਦਾਖਲ ਕਰਾਓ ਉਹਨਾਂ ਨੂੰ, ਇੱਦਾਂ ਤਾਂ ਹੈ ਨਹੀਂ ਕਿ ਨਾਂ ਛੱਡਣਗੇ, ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਛੱਡਣਗੇ ਜੀ, ਜੇ ਆਪਾਂ ਕਹੀ ਜਾਵਾਂਗੇ ਨਹੀਂ ਇਹਨਾਂ ਨੇ ਛੱਡਣਾ ਨਹੀਂ ਗਾ, ਤਾਂ ਇੱਕ ਉਹਨਾਂ ਦੀ ਨੈਗੇਟਿਵ ਸੋਚ ਉਹਨਾਂ ਦੇ ਮਾਈਂਡ 'ਚ ਰਹਿ ਜਾਂਦੀ, ਜੇ ਆਪਾਂ ਉਹਨੂੰ ਸਮਝਾਵਾਂਗੇ, ਸਕੱਲ ਵੀ ਮੇਰੇ ਕੋਲ ਅੱਜ ਸਵੇਰ ਦੇ 5 ਵਜੇ ਦੇ ਮੇਰੇ ਕੋਲ ਬੈਠੇ 6 ਵਜੇ ਦੇ, ਮੈਨੂੰ ਇਹੀ ਕਿਹਾ ਤੁਸੀਂ ਛੱਡ ਸਕਦੇ ਹੋ, ਤੁਸੀਂ ਵੀ ਮੇਰੇ ਵਰਗੇ ਬਣ ਸਕਦੇ ਹੋ, ਠੀਕ ਹੈ। ਮੈਂ ਅੱਜ ਖੜਾ ਹੋ ਕੇ ਕਹਿੰਦਾ ਕਿ ਮੇਰਾ ਜਿੱਥੇ ਮਰਜ਼ੀ ਡੋਪ ਟੈਸਟ ਕਰਾਓ, ਮੈਂ ਕਰਾਉਣ ਨੂੰ ਤਿਆਰ ਹਾਂ, ਅਤੇ ਅੱਜ ਤੋਂ 2-3 ਮਹੀਨਿਆਂ ਨੂੰ ਤੁਸੀਂ ਵੀ ਇਹ ਕੰਮ ਕਹੋਗੇ ਹਾਂ ਕਿ ਸਾਡਾ ਡੋਪ ਟੈਸਟ ਕਰਾਓ, ਅਸੀਂ ਕਰਾਉਣ ਨੂੰ ਤਿਆਰ ਹਾਂ। ਸੋ ਜੀ ਬਾਲੀਆਂ ਗੱਲਾਂ ਨਾ ਕਹਿੰਦਾ ਹੋਇਆ ਕੋਈ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਮਾਫ਼ੀ ਚਾਹੁੰਦਾ ਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਇੱਕ ਪਾਸੇ ਸਾਡੀ ਨੌਜਵਾਨ ਪੀੜ੍ਹੀ ਨਸ਼ੇ 'ਚ ਲਿਪਤ ਹੋਈ ਪਈ ਹੈ, ਅਤੇ ਇਹਨਾਂ ਨਸ਼ੇ 'ਚ ਲਿਪਤ ਨੌਜਵਾਨਾਂ ਦਾ ਫਾਇਦਾ ਚੱਕਣ ਵਾਸਤੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਹਮੇਸ਼ਾ ਤਾਂਘ ਦੇ ਵਿੱਚ ਰਹਿੰਦੇ ਨੇ ਕਿ ਨਸ਼ੇ ਦੀ ਲੱਤ ਪੂਰੀ ਕਰਨ ਵਾਸਤੇ ਇਹ ਨਸ਼ੇੜੀ ਕਿਸੇ ਵੀ ਹੱਦ ਤੱਕ ਦਾ ਜ਼ੁਲਮ ਕਰ ਸਕਦੇ ਨੇ, ਜਿਸ ਦੇ ਚੱਲਦਿਆਂ ਸ਼ਾਤਿਰ ਅਪਰਾਧੀ ਇਹਨਾਂ ਨੌਜਵਾਨਾਂ ਨੂੰ ਬਹਿਲਾ ਫੁਸਲਾ ਕੇ ਇਹਨਾਂ ਤੋਂ ਮਾੜੀਆਂ ਕਰਤੂਤਾਂ ਕਰਵਾਉਂਦੇ ਨੇ ਅਤੇ ਆਪ ਲਾਂਭੇ ਹੋ ਜਾਂਦੇ ਨੇ। ਇਸ ਲਈ ਹਰ ਪਰਿਵਾਰ ਦਾ ਫਰਜ਼ ਬਣਦਾ ਹੈ ਕਿ ਜੇਕਰ ਤੁਹਾਡੇ ਬੱਚੇ ਨਸ਼ੇ 'ਚ ਲਿਪਤ ਹੈ ਨੇ ਤਾਂ ਅਜਿਹੀਆਂ ਸੰਸਥਾਵਾਂ ਦਾ ਸਾਥ ਲੈ ਕੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਇਆ ਜਾਵੇ ਅਤੇ ਆਪਣੇ ਬੱਚਿਆਂ ਉੱਤੇ ਹਮੇਸ਼ਾ ਨਜ਼ਰ ਬਣਾ ਕੇ ਰੱਖੀ ਜਾਵੇ ਕਿ ਕਿਤੇ ਕਿਸੇ ਦੀ ਮਾੜੀ ਨਜ਼ਰ ਸਾਡੇ ਬੱਚਿਆਂ ਉੱਤੇ ਤਾਂ ਨਹੀਂ, ਤੁਹਾਡੇ ਬੱਚਿਆਂ ਉੱਤੇ ਤਾਂ ਨਹੀਂ, ਕਿਤੇ ਨਸ਼ੇ ਦੀ ਲੱਤ ਪੂਰੀ ਕਰਨ ਵਾਸਤੇ ਤੁਹਾਡਾ ਬੱਚਾ ਕੋਈ ਅਜਿਹਾ ਗੁਨਾਹ ਨਾ ਕਰ ਬੈਠੇ ਜਿਸ ਦਾ ਭੁਗਤਾਨ ਤੁਸੀਂ ਸਾਰੀ ਉਮਰ ਨਾ ਕਰ ਸਕੋ। ਤੇ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ
ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।